नमस्कार जी, मैं हाँ तुहाड़ा अपना बलविंदर हाली ते तुसी देख रहे हो पंजाब डायरी। पहला चोणवीआं खबरां। बरतानिया ने नहीं सुनी खालिस्तान ते होएगा 12 अगस्त नूं लंदन विच समागम। नकली खबरां रोकण लई भारत विच टीम बना रहा व्हाट्सएप। सुखपाल खेरा दे नाल गए विधायकां दे पर कुतरन दी तैयारी। केंद्र सरकार खिलाफ एकजुट होए किसान अते जवान। आर्थिक भगौड़िया बारे कानून नूं राष्ट्रपति वल्लों हरी झंडी। विदेश भजन ते कानूनी कारवाइयां तों बचण लई चोर मोरियां होणगीआं बंद। हिंदुस्तान पाकिस्तान दोस्ती सम्मेलन 13-14 अगस्त नूं। यूके ते दुबई विच जायदादां बनाउण वाले पाकिस्तानियां नूं नोटिस जारी होणगे। बीबी राजेंद्र कौर पठल दी मुश्किल वधी। पंजाब सरकार पठल दी कोठी दा किराया माफ करन दे अधिकार नहीं रखदी। एटीएम्स नूं सन ला रिहा हाईटेक ग्रोह। नकदी कढवाउण तों पहलां स्वाइप पॉइंट ते कीबोर्ड घोखण दी हदायत। हुण खबरां दी विस्तार। अगर साडा इह चैनल तुसीं अजे तक सबसक्राइब नहीं कीता है तां इस नूं तुरंत स्क्रीन दे दिखाए अनुसार सबसक्राइब कर लो अते घंटी दे निशान नूं वी दबा दिओ तां कि जदों वी असीं कोई वीडियो अपलोड करिए तां तुहानूं पता लग सके। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਬਗਾਵਤ ਦੇ ਬਾਅਦ ਆਪਸੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਸਿਆਸੀ ਜੰਗ ਵਿਚ ਵਿਦੇਸ਼ੀ ਚੰਦਾ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਕੇਜਰੀਵਾਲ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਵਿਚ ਉਤਾਰਨ ਦੀ ਪਾਰਟੀ ਨੇ ਤਿਆਰੀ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਰਥਿਕ ਪੱਖੋਂ ਖੜਾ ਕਰਨ ਪਿੱਛੋਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦਾ ਵੱਡਾ ਹੱਥ ਰਿਹਾ। ਖਹਿਰਾ ਗਲੋਬਲ ਗਰੁੱਪ ਨੂੰ ਪ੍ਰਵਾਸੀ ਭਾਰਤੀਆਂ ਦਾ ਸਮਰਥਨ ਮਿਲਣ ਕਰਕੇ ਚੰਦਾ ਘਟ ਗਿਆ ਹੈ। 2 ਅਗਸਤ ਨੂੰ ਸੁਖਪਾਲ ਖਹਿਰਾ ਗਰੁੱਪ ਵੱਲੋਂ ਬੁਲਾਈ ਗਈ ਕਾਨਫਰੰਸ ਦੇ ਮੰਚ ਤੋਂ ਇੱਕ ਦਰਜਨ ਤੋਂ ਵੱਧ ਵਾਰ ਖੁੱਲ ਕੇ ਮੰਚ ਦੇ ਸੰਚਾਲਕਾਂ ਨੇ ਕਾਨਫਰੰਸ ਦੀ ਸਫਲਤਾ ਲਈ ਐਨਆਰਆਈ ਦਾ ਧੰਨਵਾਦ ਕੀਤਾ। ਖਹਿਰਾ ਧੜਾ ਵੱਖ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਕਿੰਨਾ ਦਮਖਮ ਬਚਿਆ ਇਸ ਦਾ ਪਤਾ 15 ਅਗਸਤ ਨੂੰ ਈਸੜੂ ਤੇ 26 ਨੂੰ ਬਾਬਾ ਬਕਾਲਾ ਵਿਚ ਹੋਣ ਵਾਲੀ ਕਾਨਫਰੰਸ ਤੋਂ ਬਾਅਦ ਲੱਗੇਗਾ। ਕੇਂਦਰੀ ਲੀਡਰਸ਼ਿਪ ਵੱਲੋਂ ਭੁਲੱਤ ਦੇ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਆਉਂਦੇ ਦਿਨਾਂ ਵਿਚ ਵੱਡਾ ਅਨੁਸ਼ਾਸਨੀ ਫੈਸਲਾ ਲਿਆ ਜਾਏਗਾ, ਜਦਕਿ ਬਾਕੀ 7 ਵਿਧਾਇਕਾਂ ਖਿਲਾਫ ਕਾਰਵਾਈ ਕਰਨ ਲਈ ਹਾਈਕਮਾਂਡ ਹਾਲੇ ਦਚੁੱਤੀ ਵਿਚ ਹੈ। ਇਨ੍ਹਾਂ ਵਿਧਾਇਕਾਂ ਨੂੰ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਾਈਕਮਾਂਡ ਨੇ ਅਨੁਸ਼ਾਸਨੀ ਕਾਰਵਾਈ ਨਾ ਕਰਨ ਦਾ ਫੈਸਲਾ ਵੀ ਇਸੇ ਸੰਦਰਭ ਵਿਚ ਲਿਆ ਸੀ ਕਿ ਸਾਰੇ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਨਾਲ ਪਾਰਟੀ ਵਿਚ ਹੋਰ ਬਗਾਵਤ ਖੜੀ ਹੋ ਸਕਦੀ ਹੈ ਤੇ ਪਾਰਟੀ ਹਾਈਕਮਾਂਡ ਨੇ ਖਹਿਰਾ ਨੂੰ ਛੱਡ ਕੇ ਬਾਕੀ ਵਿਧਾਇਕਾਂ ਨੂੰ ਮਨਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਮਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਪੱਠਲ ਦੀ ਕੋਠੀ ਦਾ ਕਿਰਾਇਆ ਮਾਫ਼ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਤੇ ਪੱਠਲ ਤੋਂ ਜਵਾਬ ਮੰਗਿਆ। ਇਸ ਨਾਲ ਪੰਜਾਬ ਸਰਕਾਰ ਤੇ ਪੱਠਲ ਦੀ ਪਰੇਸ਼ਾਨੀ ਵੱਧਦੀ ਨਜ਼ਰ ਆ ਰਹੀ ਹੈ। ਭਾਵੇਂ ਸਰਕਾਰ ਨੇ ਵਿਧਾਨ ਸਭਾ ਤੋਂ ਪੱਠਲ ਦਾ ਕਿਰਾਇਆ ਮਾਫ਼ ਕਰਨ ਦਾ ਮਤਾ ਪਾਸ ਕਰਾਇਆ ਹੋਵੇ, ਪਰ ਸਰਕਾਰ ਕੋਲ ਕਿਸੇ ਦਾ ਕਿਰਾਇਆ ਮਾਫ਼ ਕਰਨ ਦਾ ਅਧਿਕਾਰ ਨਹੀਂ। ਸੂਬਾ ਸਰਕਾਰ ਨੇ ਪੱਠਲ ਦੀ 84 ਲੱਖ ਰੁਪਏ ਦਾ ਕੋਠੀ ਦਾ ਕਿਰਾਇਆ ਮਾਫ਼ ਕਰ ਦਿੱਤਾ ਹੈ। ਪੱਠਲ ਸਰਕਾਰੀ ਰਿਹਾਇਸ਼ ਨੂੰ ਲੈ ਕੇ ਹਾਈਕੋਰਟ ਵਿਚ ਦੂਜੀ ਵਾਰ ਦਾਇਰ ਹੋਈ ਪਟੀਸ਼ਨ ਵਿਚ ਪਟਿਆਲਾ ਦੇ ਇੱਕ ਵਕੀਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਸੂਬਾ ਸਰਕਾਰ ਨੇ ਪੱਠਲ ਤੇ ਸਰਕਾਰੀ ਰਿਹਾਇਸ਼ ਵਿਚ ਓਵਰ ਸਟੇ ਰਾਹੀਂ 84 ਲੱਖ ਰੁਪਏ ਦਾ ਪੈਨਲ ਵਿਆਜ ਲਾਇਆ ਸੀ। ਵਿਧਾਨ ਸਭਾ ਚੋਣਾਂ ਵਿਚ ਆਪਣੀ ਭਾਈਵਾਲੀ ਪੱਕੀ ਕਰਨ ਲਈ ਪੱਠਲ ਨੇ ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ 84 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਸੀ। ਭਾਵੇਂ ਸਰਕਾਰ ਨੇ ਵਿਧਾਨ ਸਭਾ ਤੋਂ ਪੱਠਲ ਦਾ ਕਿਰਾਇਆ ਮਾਫ਼ ਕਰਨ ਦਾ ਪ੍ਰਸਤਾਵ ਪਾਸ ਕਰਾਇਆ, ਪਰ ਸਰਕਾਰ ਕੋਲ ਕਿਸੇ ਦਾ ਕਿਰਾਇਆ ਮਾਫ਼ ਕਰਨ ਦਾ ਅਧਿਕਾਰ ਨਹੀਂ। ਹਾਈਕੋਰਟ ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਸਰਕਾਰ ਆਪਣਾ ਪੱਖ ਨੂੰ ਮਜ਼ਬੂਤ ਕਰਨ ਲਈ ਤਰਕ ਲੱਭਣ ਵਿਚ ਲੱਗੀ ਹੈ। ਹਾਈਕੋਰਟ ਨੇ ਸਰਕਾਰ ਨੂੰ ਦਸੰਬਰ ਤੱਕ ਆਪਣਾ ਜਵਾਬ ਦੇਣ ਲਈ ਆਖਿਆ, ਪਰ ਚਰਚਾ ਇਸ ਗੱਲ ਨੂੰ ਲੈ ਕੇ ਸ਼ੁਰੂ ਹੋਈ ਹੈ ਕਿ ਆਖਿਰ ਹੁਣ ਸਰਕਾਰ ਹਾਈਕੋਰਟ ਵਿਚ ਆਪਣਾ ਕੀ ਪੱਖ ਰੱਖੇਗੀ। ਪੱਠਲ ਨੂੰ 4 ਅਪ੍ਰੈਲ 2012 ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨੀ ਚਾਹੀਦੀ ਸੀ, ਪਰ ਉਹ ਇਸ ਰਿਹਾਇਸ਼ ਵਿਚ 15 ਮਹੀਨੇ ਤੋਂ ਵੱਧ ਸਮੇਂ ਤੱਕ ਰਹੀ ਤੇ 2013 ਵਿਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਨੇ ਪੱਠਲ ਖਿਲਾਫ਼ ਮਕਾਨ ਖਾਲੀ ਕਰਨ ਦੀ ਕਾਰਵਾਈ ਕੀਤੀ। ਉਨ੍ਹਾਂ ਖਿਲਾਫ਼ ਪਬਲਿਕ ਪ੍ਰੀਮਿਸਿਸ ਐਂਡ ਲੈਂਡ ਐਕਟ 1973 ਦੀਆਂ ਕਾਰਵਾਈਆਂ ਕਰਦਿਆਂ 84 ਲੱਖ ਰੁਪਏ ਦੀ ਰਿਕਵਰੀ ਦੇ ਹੁਕਮ ਜਾਰੀ ਕੀਤੇ ਗਏ ਸਨ। ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਹਰਦੇਵ ਸਿੰਘ ਦੀ ਧਰਮਬੰਦਰੀ ਤੇ ਨਿਰੰਕਾਰੀ ਮਿਸ਼ਨ ਦੀ 5ਵੀਂ ਮੁਖੀ ਸ਼ਵਿੰਦਰ ਹਰਦੇਵ ਕੌਰ ਐਤਵਾਰ ਨੂੰ ਸਵਰਗ ਸੁਧਾਰ ਗਏ। ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਆਪਣੇ ਰਿਹਾਇਸ਼ ਤੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 8 ਅਗਸਤ ਨੂੰ ਨਵੀਂ ਦਿੱਲੀ ਦੇ ਨਿਗਮ ਬੋਧ ਘਾਟ ਤੇ ਹੋਏਗਾ। ਸੈਂਟਰਲ ਪੈਨਸ਼ਨ ਫੰਡ ਯਾਨੀ CPF ਕਰਮਚਾਰੀ ਯੂਨੀਅਨ ਪੰਜਾਬ ਨੇ 13 ਅਗਸਤ ਨੂੰ ਪਟਿਆਲਾ ਵਿਚ ਰਾਜ ਪੱਧਰੀ ਵਿਸ਼ਾਲ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ 2.5 ਲੱਖ ਦੇ ਕਰੀਬ ਹੈ। ਕੱਲ੍ਹ ਅਧਿਆਪਕ ਮੋਰਚੇ ਦੇ ਕਾਰਕੁਨਾਂ ਨੂੰ ਮਹਿਲ ਤੱਕ ਪਹੁੰਚਣ ਦੀ ਕਾਰਵਾਈ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਪਏ। 13 ਅਗਸਤ ਨੂੰ ਘਿਰਾਓ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਪ੍ਰੈਲ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ, ਜਿਸ ਦੇ ਵੱਖ ਵੱਖ ਵਿਭਾਗਾਂ ਵਿਚ 2.5 ਲੱਖ ਦੇ ਕਰੀਬ ਮੁਲਾਜ਼ਮ ਪ੍ਰਭਾਵਿਤ ਹੋਏ ਨੇ ਤੇ ਸਰਕਾਰ
ਦੇ ਅਜਿਹੇ ਫੈਸਲੇ ਖਿਲਾਫ਼ ਭਾਰੀ ਰੋਸ ਹੈ। ਉਧਰ ਸੂਬੇ ਦੇ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਛੇਤੀ ਹੀ ਅਧਿਆਪਕਾਂ ਦੀ ਹਾਜ਼ਰੀ ਆਨਲਾਈਨ ਹੋਏਗੀ। ਜਿਹੜਾ ਅਧਿਆਪਕ ਛੁੱਟੀ ਤੋਂ ਬਗੈਰ ਸਕੂਲੋਂ ਗੈਰ ਹਾਜ਼ਰ ਰਹੇਗਾ ਉਸਦੀ ਤਨਖਾਹ ਕੱਟ ਲਈ ਜਾਏਗੀ। ਮੰਤਰੀ ਨੇ ਘਰਾਂ ਤੋਂ ਦੂਰ ਸੇਵਾ ਨਿਭਾ ਰਹੀਆਂ ਲੜਕੀਆਂ ਤੇ ਕਿਸੇ ਬਿਮਾਰੀ ਦਾ ਸ਼ਿਕਾਰ ਅਧਿਆਪਕਾਂ ਦੀ ਬਦਲੀ ਸਹੂਲਤ ਅਨੁਸਾਰ ਕਰਨ ਦਾ ਯਕੀਨ ਦਵਾਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਦੀਆਂ ਕਥਿਤ ਨਾਕਾਮੀਆਂ ਖਿਲਾਫ ਮੁੜ ਪੋਲ ਖੋਲ ਰੈਲੀਆਂ ਕੀਤੇ ਜਾਣ ਦੀ ਰਣਨੀਤੀ ਉਲੀਕੀ ਗਈ ਹੈ। ਪਾਰਟੀ ਵੱਲੋਂ ਪਹਿਲਾਂ ਇਸੇ ਸਾਲ ਫਰਵਰੀ ਤੋਂ ਵਿਧਾਨ ਸਭਾ ਹਲਕੇ ਅਨੁਸਾਰ ਪੋਲ ਖੋਲ ਰੈਲੀਆਂ ਕੀਤੀਆਂ ਗਈਆਂ ਤੇ ਹੁਣ ਬਾਕੀ ਰਹਿੰਦਿਆਂ ਵਿੱਚ ਵੀ ਅਜਿਹੀਆਂ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਅਕਾਲੀ ਦਲ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ, 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਤੇ ਰੱਖੜ ਪੁੰਨਿਆ ਦੇ ਮੌਕੇ ਤੇ ਛਪਾਰ ਮੇਲੇ ਦੇ ਮੌਕੇ 4 ਵੱਡੀਆਂ ਸਿਆਸੀ ਕਾਨਫਰੰਸਾਂ ਕਰਨ ਦੀ ਰਣਨੀਤੀ ਵੀ ਬਣਾ ਰਿਹਾ ਹੈ। ਭਾਰਤ ਵਿੱਚ ਲੋੜੀਂਦਾ ਵੱਖਵਾਦੀ ਆਗੂ ਪਰਮਜੀਤ ਸਿੰਘ ਪੰਮਾ ਖਾਲਿਸਤਾਨ ਦੇ ਸਮਰਥਨ ਵਿੱਚ ਅਗਲੇ ਹਫ਼ਤੇ ਲੰਡਨ ਦੇ ਇੱਕ ਸਥਾਨ ਤੇ ਰੈਲੀ ਕਰ ਰਿਹਾ ਹੈ। ਉਹ ਪੰਜਾਬ ਵਿੱਚ 2010 ਵਿੱਚ ਹੋਏ ਧਮਾਕਿਆਂ ਵਿੱਚ ਸ਼ਾਮਲ ਰਿਹਾ ਹੈ। ਬਰਤਾਨੀਆ ਦੇ ਮੀਡੀਆ ਮੁਤਾਬਕ ਪੰਮਾ ਅਲੱਗ ਖਾਲਿਸਤਾਨ ਦੇ ਪੱਖ ਵਿੱਚ ਰੈਫਰੈਂਡਮ 2020 ਲਈ ਲੰਡਨ ਐਲਾਨਨਾਮਾ ਨਾਮ ਤੇ ਹੋਣੇ ਵਾਲੀ ਰੈਲੀ ਦਾ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਹੈ। ਪੰਮਾ 2010 ਵਿੱਚ ਪਟਿਆਲਾ ਤੇ ਅੰਬਾਲਾ ਵਿੱਚ ਹੋਏ ਬੰਬ ਧਮਾਕਿਆਂ ਦੇ ਦੋਸ਼ ਵਿੱਚ ਭਾਰਤ ਵਿੱਚ ਲੋੜੀਂਦਾ ਤੇ 2009 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੋਲਦਾ ਸਿੰਘ ਦੇ ਕਤਲ ਦਾ ਮਾਸਟਰ ਮਾਈਂਡ ਵੀ ਦੱਸਿਆ ਜਾ ਰਿਹਾ ਹੈ। ਬਰਤਾਨੀਆ ਨੇ ਪੰਮਾ ਨੂੰ ਸਾਲ 2000 ਵਿੱਚ ਰਾਜਨੀਤਿਕ ਸ਼ਰਨ ਦਿੱਤੀ ਸੀ। ਉਸਨੇ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ। ਪੰਮਾ ਦਾ ਦਾਅਵਾ ਹੈ ਕਿ 12 ਅਗਸਤ ਨੂੰ ਜਿਸ ਸਥਾਨ ਤੇ ਲੰਡਨ ਵਿੱਚ ਉਹ ਇਕੱਤਰਤਾ ਕਰ ਰਿਹਾ ਉੱਥੇ 10,000 ਸਿੱਖ ਆਗੂ ਇਕੱਠੇ ਹੋਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਛਲੇ ਮਹੀਨੇ ਰੈਲੀ ਦੀ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਬਰਤਾਨੀਆ ਸਰਕਾਰ ਨੂੰ ਰੈਲੀ ਦਾ ਵਿਰੋਧ ਪ੍ਰਗਟ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਸ ਜਤਾਈ ਸੀ ਕਿ ਬਰਤਾਨੀਆ ਨਫ਼ਰਤ ਫੈਲਾਉਣ ਵਾਲੀ ਜਥੇਬੰਦੀ ਨੂੰ ਰੈਲੀ ਦੀ ਮਨਜ਼ੂਰੀ ਨਹੀਂ ਦੇਵੇਗਾ, ਬਲਕਿ ਬਰਤਾਨੀਆ ਨੇ ਰੈਲੀ ਤੇ ਪਾਬੰਦੀ ਨਾ ਲਾਉਣ ਦੇ ਸੰਕੇਤ ਦਿੱਤੇ ਨੇ। ਬਰਤਾਨੀਆ ਨੇ ਆਖਿਆ ਕਿ ਲੋਕਾਂ ਦੇ ਇਕੱਠੇ ਹੋਣ ਤੇ ਆਪਣੇ ਵਿਚਾਰਾਂ ਲਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਪੰਮਾ ਨੇ ਆਖਿਆ ਕਿ ਜੇਕਰ ਸਿੱਖਾਂ ਨੂੰ ਆਪਣਾ ਅਲੱਗ ਦੇਸ਼ ਨਹੀਂ ਮਿਲਦਾ ਤਾਂ ਉਹ ਸ਼ਰਨਾਰਥੀ ਦੇ ਤੌਰ ਤੇ ਮਰ ਜਾਣਗੇ। ਇਸੇ ਰੈਲੀ ਦਾ ਖਰਚਾ ਅਮਰੀਕੀ ਜਥੇਬੰਦੀ ਸਿੱਖਸ ਫਾਰ ਜਸਟਿਸ ਚੁੱਕ ਰਿਹਾ ਹੈ। 12 ਅਗਸਤ ਨੂੰ ਲੰਡਨ ਵਿੱਚ ਹੋ ਰਹੇ ਖਾਲਿਸਤਾਨ ਸਮਰਥਕ ਪ੍ਰੋਗਰਾਮ ਨੂੰ ਬੈਨ ਕਰਨ ਲਈ ਭਾਰਤ ਸਰਕਾਰ ਦੀ ਗੁਜਾਰਿਸ਼ ਬਰਤਾਨੀਆ ਨੇ ਠੁਕਰਾ ਦਿੱਤੀ। ਸਿੱਖਸ ਫਾਰ ਜਸਟਿਸ ਲੰਡਨ ਵਿੱਚ ਇਹ ਪ੍ਰੋਗਰਾਮ ਕਰਨ ਵਾਲੇ ਨੇ। ਇਸ ਵਿੱਚ ਲੰਡਨ ਡੈਕਲਰੇਸ਼ਨ ਪਾਸ ਕੀਤਾ ਜਾਣਾ ਜਿਸ ਵਿੱਚ ਪੰਜਾਬ ਦੀ ਆਜ਼ਾਦੀ ਲਈ ਰੈਫਰੈਂਡਮ ਕਰਾਉਣ ਦੀ ਗੱਲ ਕਹੀ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿੱਚ ਬਰਮਿੰਘਮ ਦਾ ਪਰਮਜੀਤ ਸਿੰਘ ਪੰਮਾ। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧ ਕਾਨੂੰਨ 2018 ਤੇ ਮੋਹਰ ਲਾ ਦਿੱਤੀ। ਨਵੇਂ ਕਾਨੂੰਨ ਦੇ ਜ਼ਰੀਏ ਨੀਰਵ ਮੋਦੀ, ਮਹਿਲ ਚੌਕਸੀ ਅਤੇ ਵਿਜੇ ਮਾਲਿਆ ਵਰਗੇ ਆਰਥਿਕ ਅਪਰਾਧੀਆਂ ਦਾ ਦੇਸ਼ ਤੋਂ ਭੱਜਣ ਅਤੇ ਕਾਨੂੰਨ ਤੋਂ ਬਚ ਨਿਕਲਣ ਤੋਂ ਰੋਕਿਆ ਜਾ ਸਕੇਗਾ। ਨਵੇਂ ਕਾਨੂੰਨ ਤਹਿਤ ਵਿਸ਼ੇਸ਼ ਅਦਾਲਤ ਨੂੰ ਕਿਸੇ ਵੀ ਵਿਅਕਤੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰਨ ਤੇ ਉਸਦੀ ਬੇਨਾਮੀ ਅਤੇ ਹੋਰ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਹੋਏਗਾ। ਜ਼ਬਤ ਕਰਨ ਦੇ ਹੁਕਮਾਂ ਦੀ ਤਰੀਕ ਤੋਂ ਸਾਰੀ ਜਾਇਦਾਦ ਦਾ ਅਧਿਕਾਰ ਕੇਂਦਰ ਸਰਕਾਰ ਦੇ ਕੋਲ ਚਲਾ ਜਾਣਾ ਹੈ। 19 ਜੁਲਾਈ ਨੂੰ ਇਸ ਬਿੱਲ ਨੂੰ ਲੋਕ ਸਭਾ ਵਿੱਚ, ਜਦਕਿ ਰਾਜ ਸਭਾ ਨੇ 25 ਜੁਲਾਈ ਨੂੰ ਪਾਸ ਕਰ ਦਿੱਤਾ ਹੈ। ਕਾਨੂੰਨ ਦੇ ਮੁਤਾਬਕ ਘੱਟੋ ਘੱਟ 100 ਕਰੋੜ ਰੁਪਏ ਦੀ ਹੱਦ ਨੂੰ ਉਚਿਤ ਠਹਿਰਾਉਂਦਿਆਂ ਖਜ਼ਾਨਾ ਮੰਤਰੀ ਨੇ ਸੰਸਦ ਵਿੱਚ ਆਖਿਆ ਕਿ ਇਸ ਦਾ ਮਕਸਦ ਵੱਡੇ ਅਪਰਾਧੀਆਂ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਣਾ ਤੇ ਫੜਨਾ ਹੈ। ਅਦਾਲਤ ਵਿੱਚ ਮਾਮਲੇ ਇਸ ਨਾਲ ਘਟਣਗੇ। ਕਾਨੂੰਨ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਏਜੰਸੀ ਦਾ ਕੰਮ ਕਰੇਗਾ। ਜਾਇਦਾਦ ਜ਼ਬਤ ਦੇ ਇਸਤੇਮਾਲ ਨੂੰ ਲੈ ਕੇ ਹਾਲੇ ਫੈਸਲਾ ਨਹੀਂ ਕੀਤਾ ਗਿਆ। ਇਸ ਕਾਨੂੰਨ ਦੀ ਹੋਂਦ ਵਿੱਚ ਆਉਣ ਨਾਲ ਆਰਥਿਕ ਅਪਰਾਧ ਕਰਕੇ ਮੁਲਕ ਦੇ ਕਾਨੂੰਨੀ ਅਮਲੇ ਵਿੱਚੋਂ ਬਚ ਨਿਕਲਣ ਅਤੇ ਵਿਦੇਸ਼ ਜਾ ਕੇ ਡੇਰੇ ਲਾਉਣ ਵਾਲੇ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ। ਅਜਿਹਾ ਇਸ ਲਈ ਕੀਤਾ ਗਿਆ ਕਿ ਵੱਡੀਆਂ ਮੱਛੀਆਂ ਨੂੰ ਨੱਥ ਪਾਈ ਜਾ ਸਕੇ ਤੇ ਅਦਾਲਤੀ ਕਾਰਵਾਈ ਵਿੱਚ ਬੇਲੋੜਾ ਅੜਿੱਕਾ ਨਾ ਪਵੇ। ਭਾਰਤ ਦੇ ਉੱਘੇ ਕ੍ਰਿਕਟ ਸਟਾਰ ਸੁਨੀਲ ਗਵਾਸਕਰ ਨੇ ਆਖਿਆ ਕਿ ਪਾਕਿਸਤਾਨ ਵਿੱਚ ਕ੍ਰਿਕਟ ਖਿਡਾਰੀ ਤੋਂ ਰਾਜਸੀ ਆਗੂ ਬਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਭਾਰਤ ਸਰਕਾਰ ਦੀ ਸਲਾਹ ਲੈਣਗੇ। ਪਾਕਿਸਤਾਨ ਤਹਿਰੀਕ ਇਨਸਾਫ਼ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਇਮਰਾਨ ਖਾਨ ਦੇ ਨਾਂ ਦਾ ਐਲਾਨ ਅੱਜ ਹੋਵੇਗਾ। ਪਾਕਿਸਤਾਨ ਦੀ ਵਿਰੋਧੀ ਪਾਰਟੀਆਂ ਦਾ ਦਾਅਵਾ ਹੈ ਕਿ ਬੀਤੇ ਮਹੀਨੇ ਆਮ ਚੋਣਾਂ ਵਿੱਚ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੀ ਜਿੱਤ ਪਿੱਛੇ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦਾ ਹੱਥ ਸੀ। ਹਾਲਾਂਕਿ ਹਕੀਕਤ ਇਹ ਹੈ ਕਿ ਇੱਕ ਫੋਨ ਐਪ ਅਤੇ 5 ਕਰੋੜ ਵੋਟਰਾਂ ਦਾ ਡਾਟਾਬੇਸ ਇਮਰਾਨ ਖਾਨ ਦੇ ਸਫਲ ਚੋਣ ਅਭਿਆਨ ਦਾ ਸਭ ਤੋਂ ਵੱਡਾ ਹਥਿਆਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਕਿਵੇਂ ਡਾਟਾਬੇਸ ਅਤੇ ਇਸ ਨਾਲ ਜੁੜੀ ਐਪ ਦਾ ਇਸਤੇਮਾਲ ਕੀਤਾ, ਉਹ ਪਾਕਿਸਤਾਨ ਵਿੱਚ ਵੱਡੀਆਂ ਪਾਰਟੀਆਂ ਵੱਲੋਂ ਚੋਣ ਅਭਿਆਨ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਵਿੱਚ ਆਏ ਬਦਲਾਅ ਨੂੰ ਦਿਖਾਉਂਦਾ ਹੈ। ਐਪ ਅਤੇ ਡਾਟਾਬੇਸ ਨੂੰ ਇਸਤੇਮਾਲ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਅਮੀਰ ਮੁਗਲ ਕਹਿੰਦੇ ਹੈ ਕਿ ਇਸ ਦਾ ਬਹੁਤ ਵੱਡਾ ਅਸਰ ਹੋਇਆ ਹੈ। ਇਸ ਤੇ ਕੰਸਟੀਟਿਊਸ਼ਨ ਮੈਨੇਜਮੈਂਟ ਸਿਸਟਮ CMS ਦੇ ਤੌਰ ਤੇ ਜਾਣਿਆ ਗਿਆ। ਉਹਨਾਂ ਦੱਸਿਆ ਕਿ ਕਿਵੇਂ ਇਮਰਾਨ ਦੀ ਪਾਰਟੀ ਨੇ ਪਾਕਿਸਤਾਨ ਦੇ ਚੋਣ ਇਲਾਕਿਆਂ ਵਿੱਚ ਡਾਟਾਬੇਸ ਤਿਆਰ ਕਰਨ ਲਈ ਟੀਮਾਂ ਬਣਾਈਆਂ, ਵੋਟਰਾਂ ਦੀ ਪਹਿਚਾਣ ਅਤੇ ਉਹਨਾਂ ਵਿੱਚ PTI ਦੇ ਵੋਟਰਾਂ ਦਾ ਪਤਾ ਲਾਇਆ। ਐਪ ਵਿੱਚ ਵੋਟਰਾਂ ਦੇ ਪਹਿਚਾਣ ਪੱਤਰ ਦਾ ਨੰਬਰ ਪਾਉਣ ਵਿੱਚ PTI ਵਰਕਰ ਉਸਦੇ ਪਰਿਵਾਰ ਦਾ ਪਤਾ, ਪਰਿਵਾਰ ਦੇ ਹੋਰ ਮੈਂਬਰ ਤੇ ਉਹਨਾਂ ਨੂੰ ਵੋਟ ਪਾਉਣ ਲਈ ਕਿੱਥੇ ਜਾਣਾ ਹੈ, ਐਸੀਆਂ ਡਿਟੇਲ ਦੇਖ ਸਕਦੇ ਸਨ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ 2019 ਦੀਆਂ ਚੋਣਾਂ ਵਿੱਚ ਯੂਪੀ ਤੋਂ ਪਾਰਟੀ ਦੀ ਵਰਤਮਾਨ ਵਿੱਚ ਜਿਹੜੀਆਂ 73 ਸੀਟਾਂ ਉਸ ਵਿੱਚੋਂ ਇੱਕ ਵੀ ਘੱਟ ਯਾਨੀ 72 ਨਹੀਂ ਬਲਕਿ 74 ਸੀਟਾਂ ਜ਼ਰੂਰ ਹੋ ਸਕਦੀਆਂ। ਉਹਨਾਂ ਸਮਾਜਵਾਦੀ ਪਾਰਟੀ ਬਸਪਾ ਦੇ ਗੱਠਜੋੜ ਤੇ ਤੰਜ ਕੱਸਦੇ ਆਖਿਆ ਕਿ ਭੂਆ ਭਤੀਜੇ ਦੇ ਨਾਲ ਚਾਹੇ ਰਾਹੁਲ ਬਾਬੂ ਮਿਲ ਜਾਣ ਕੋਈ ਫਰਕ ਨਹੀਂ ਪਏਗਾ। ਉਹਨਾਂ ਆਖਿਆ ਕਿ ਭੂਆ ਭਤੀਜੇ ਦੇ ਨਾਲ ਰਾਹੁਲ ਬਾਬੂ ਨੂੰ ਜਨਤਾ ਵਿਚਕਾਰ ਆਪਣਾ ਆਧਾਰ ਅਜਮਾਉਣ ਦੀ ਚੇਤਾਵਨੀ ਦਿੰਦਿਆਂ ਉਹਨਾਂ ਆਖਿਆ ਕਿ 2019 ਵਿੱਚ ਯੂਪੀ ਤੋਂ ਦਿੱਲੀ ਦਾ ਰਸਤਾ ਜਾਏਗਾ। ਅਮਿਤ ਸ਼ਾਹ ਦਾ ਕਹਿਣਾ ਕਿ ਭੂਆ ਬਬੂਆ ਤੇ ਬਾਬਾ ਇਕਜੁੱਟ ਵੀ ਹੋ ਜਾਣ ਤਾਂ ਅਸੀਂ 74 ਸੀਟਾਂ ਹੀ ਜਿੱਤਾਂਗੇ। ਉਹਨਾਂ ਯੂਪੀ ਦੀ ਗੱਲ ਕੀਤੀ ਹੈ। ਚੋਣਾਂ ਦੇ ਮੌਸਮ ਵਿੱਚ ਇਸ ਤਰ੍ਹਾਂ ਦੀ ਅਫਵਾਹ ਚੱਲ ਰਹੀ ਹੈ ਕਿ ਵੋਟਿੰਗ ਦੇ ਸਮੇਂ ਪੇਪਰ ਟ੍ਰੇਲ ਮਸ਼ੀਨ ਉਹਨਾਂ ਦੀ ਤਸਵੀਰ ਰਹਿੰਦੀ ਹੈ। ਮੁੱਖ ਚੋਣ ਕਮਿਸ਼ਨਰ ਨੇ ਇਹਨਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ। ਉਹਨਾਂ ਆਖਿਆ ਕਿ ਜਿਹੜੇ ਲੋਕ ਵੋਟ ਬਦਲੇ ਨੋਟ ਦਿੰਦੇ ਆ ਉਹ ਵੋਟਰਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਸਕਦੇ ਨੇ ਕਿ ਪੇਪਰ ਟ੍ਰੇਲ ਮਸ਼ੀਨ ਉਹਨਾਂ ਦੀ ਤਸਵੀਰ ਕਲਿੱਕ ਕਰ ਲੈਂਦੀ ਹੈ। ਉਹਨਾਂ ਆਖਿਆ ਕਿ ਐਸੀਆਂ ਖਬਰਾਂ ਨੂੰ ਲੈ ਕੇ ਵੋਟਰਾਂ ਨੂੰ ਸਾਵਧਾਨ ਰਹਿਣ ਨੂੰ ਉਹ ਕਹਿੰਦੇ। ਉਹਨਾਂ ਆਖਿਆ ਕਿ ਇਹ ਅਫਵਾਹ ਉਹਨਾਂ ਲੋਕਾਂ ਵੱਲੋਂ ਫੈਲਾਈ ਗਈ ਹੈ ਜੋ ਵੋਟ ਹਾਸਲ ਕਰਨ ਲਈ ਪੈਸੇ ਦਿੰਦੇ ਆ। ਉਹਨਾਂ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਨੂੰ ਲੈ ਕੇ ਅਭਿਆਨ ਵੀ ਚਲਾਇਆ ਜਾਏਗਾ। ਮੁੱਖ ਚੋਣ ਕਮਿਸ਼ਨਰ ਨੇ ਆਖਿਆ ਕਿ ਜਿਹੜੇ ਲੋਕ ਵੋਟਾਂ ਬਦਲੇ ਨੋਟ ਦਿੰਦੇ ਆ ਵੋਟਰਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਸਕਦੇ ਨੇ ਕਿ ਵੀਵੀਪੈਟ ਮਸ਼ੀਨਾਂ ਉਹਨਾਂ ਦੀ ਤਸਵੀਰ ਕਲਿੱਕ ਕਰਦੀਆਂ। ਉਹਨਾਂ ਆਖਿਆ ਕਿ ਵੀਵੀਪੈਟ ਜੋ ਵੋਟਿੰਗ ਤੋਂ ਬਾਅਦ ਇੱਕ ਸਲਿੱਪ ਕੱਢਦੀ ਹੈ ਜਿਸ ਤੇ ਪਾਰਟੀ ਦਾ ਚੋਣ ਚਿੰਨ ਹੁੰਦਾ ਤਾਂ ਜੋ ਵੋਟਰ ਨੂੰ ਪਤਾ ਲੱਗ ਸਕੇ ਕਿ ਉਸਦੀ ਵੋਟ ਸਹੀ ਉਮੀਦਵਾਰ ਨੂੰ ਪੈ ਚੁੱਕੀ ਹੈ ਜਿਸ ਨੂੰ ਉਹ ਚਾਹੁੰਦਾ ਸੀ। ਮਸ਼ਹੂਰ ਮੈਸੇਜਿੰਗ ਕੰਪਨੀ ਵਟਸਐਪ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਉਹ ਜਾਲੀ ਖਬਰਾਂ ਰੋਕਣ ਲਈ ਹੁਣ ਲੋਕਲ ਟੀਮਾਂ ਬਣਾ ਰਿਹਾ। ਇਸ ਵਿੱਚ ਭਾਰਤ ਵੀ ਸ਼ਾਮਲ ਹੈ। ਵਟਸਐਪ ਦੇ ਜ਼ਰੀਏ ਜਾਲੀ ਖਬਰਾਂ ਤੇ ਭੜਕਾਉਣ ਵਾਲੇ ਵੀਡੀਓ ਸੰਦੇਸ਼ ਦੇ ਚਲਦਿਆਂ ਦੇਸ਼ ਵਿੱਚ ਹਜੂਮੀ ਕਤਲ ਦੀਆਂ ਘਟਨਾਵਾਂ ਤੇ ਸਰਕਾਰ ਨੇ ਕੰਪਨੀ ਨੂੰ ਆਪਣੀ ਜ਼ਿੰਮੇਵਾਰੀ ਦੀ ਯਾਦ ਦਵਾਈ ਸੀ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਤੇ ਸਖ਼ਤ ਰਵੱਈਆ ਅਪਣਾਉਂਦਿਆਂ ਕੰਪਨੀ ਨੂੰ ਹਦਾਇਤ ਦਿੱਤੀ ਸੀ ਕਿ ਜਾਲੀ ਖਬਰਾਂ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਇਸੇ ਦੇ ਜਵਾਬ ਵਿੱਚ ਵਟਸਐਪ ਨੇ ਕੁਝ ਕਦਮ ਚੁੱਕੇ ਨੇ ਜਿਸ ਨਾਲ ਫਾਰਵਰਡ ਕੀਤੇ ਜਾਣ ਵਾਲੇ ਮੈਸੇਜ ਦੀ ਗਿਣਤੀ ਸੀਮਤ ਕਰਨਾ ਅਹਿਮ ਸੀ, ਲੇਕਿਨ ਸਰਕਾਰ ਨੇ ਇਸ ਨੂੰ ਨਾਕਾਫੀ ਪਾ ਕੇ ਕੰਪਨੀ ਨੂੰ ਨੋਟਿਸ ਭੇਜਿਆ। ਜਾਲੀ ਖਬਰਾਂ ਰੋਕਣ ਲਈ ਵਟਸਐਪ ਲੋਕਾਂ ਵਿਚਕਾਰ ਜਾਗਰੂਕਤਾ ਤੋਂ ਇਲਾਵਾ ਕਾਨੂੰਨੀ ਪੱਧਰ ਤੇ ਯਤਨ ਕਰੇਗੀ। ਹਾਲਾਂਕਿ ਅਧਿਕਾਰੀ ਨੇ ਆਖਿਆ ਕਿ ਕੋਈ ਮੈਸੇਜ ਕਿੱਥੋਂ ਤੋਂ ਚੱਲਣਾ ਸ਼ੁਰੂ ਹੋਇਆ ਇਸ ਦੀ ਸ਼ਨਾਖਤ ਤੇ ਉਸ ਨੂੰ ਜਨਤਕ ਕਰਨ ਵਾਲੀ ਕੰਪਨੀ ਆਪਣੇ ਪੁਰਾਣੇ ਰਵੱਈਏ ਤੇ ਕਾਇਮ ਹੈ। ਵਟਸਐਪ ਵੱਲੋਂ ਆਖਿਆ ਗਿਆ ਕਿ ਐਸੇ ਕਰਨ ਤੇ ਨਿੱਜਤਾ ਦਾ ਹਨਨ ਅਤੇ ਉਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਨੇ। ਵਟਸਐਪ ਦੇ ਬੁਲਾਰੇ ਨੇ ਆਖਿਆ ਕਿ ਭਾਰਤ ਵਿੱਚ ਖਪਤਕਾਰਾਂ ਦੀ ਜ਼ਮੀਨੀ ਪੱਧਰ ਤੇ ਮਦਦ ਲਈ ਲੋਕਲ ਲੀਡਰ ਅਤੇ ਲੋਕਲ ਟੀਮ ਬਣਾਉਣ ਨੂੰ ਪਹਿਲ ਕੀਤੀ ਹੈ। ਇੱਕ ਹੈੱਡ ਆਫ ਇੰਡੀਆ ਤੇ ਹੈੱਡ ਆਫ ਪਾਲਿਸੀ ਟੀਮ ਦੇ ਮੈਂਬਰ ਹੋਣਗੇ। ਆਪਣੀ ਟੀਮ ਦੇ ਜ਼ਰੀਏ ਉਹਨਾਂ ਆਖਿਆ ਕਿ ਭਾਰਤ ਵਿੱਚ ਪ੍ਰਭਾਵੀ ਢੰਗ ਨਾਲ ਕੰਮ ਕੀਤਾ ਜਾ ਸਕੇਗਾ। ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੇ ਐਤਵਾਰ ਉਸ ਸਮੇਂ ਰੌਲਾ ਪੈ ਗਿਆ ਜਦੋਂ ਇੱਕ ਯਾਤਰੀ ਨੇ ਆਖਿਆ ਕਿ ਮੇਰੇ ਬੈਗ ਦੀ ਦੁਬਾਰਾ ਜਾਂਚ ਕਿਉਂ ਕੀਤੀ ਜਾ ਰਹੀ ਹੈ, ਕਿ ਮੇਰੇ ਬੈਗ ਵਿੱਚ ਬੰਬ ਹੈ। ਇਹਨਾਂ ਕਹਿੰਦੇ ਏਅਰਲਾਈਨ ਪ੍ਰਬੰਧਕਾਂ ਨੇ ਏਅਰਪੋਰਟ ਪ੍ਰਸ਼ਾਸਨ ਅਤੇ CIESS ਨੂੰ ਸੂਚਨਾ ਦਿੱਤੀ ਕਿ ਇੱਕ ਯਾਤਰੀ ਦੇ ਬੈਗ ਵਿੱਚ ਬੰਬ ਹੈ, ਜਦਕਿ ਯਾਤਰੀ ਨੇ ਇਹ ਗੱਲ ਕੇਵਲ ਗੁੱਸੇ ਵਿੱਚ ਕਹੀ ਸੀ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਆਖਿਆ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਨਗੇ। ਬੰਬ ਦੀ ਖਬਰ ਦੇ ਚੱਲਦਿਆਂ ਫਲਾਈਟ ਨੂੰ 40 ਮਿੰਟ ਦੀ ਦੇਰੀ ਨਾਲ ਚੱਲਣਾ ਪਿਆ। ਬੰਬ ਦੀ ਅਫਵਾਹ ਤੇ ਸ਼ੁਰੂਆਤ ਵਿੱਚ ਲੋਕਾਂ ਨੂੰ ਲੱਗਿਆ ਕਿ ਇਹ ਮੌਕ ਟ੍ਰਾਇਲ ਦਾ ਹਿੱਸਾ ਸੀ। ਉਧਰ ਸੰਗਰੂਰ ਵਿੱਚ ਇੱਕ ਵਪਾਰੀ ਨੇ ਇੰਡੀਗੋ ਏਅਰਲਾਈਨਸ ਨੂੰ ਲੀਗਲ ਨੋਟਿਸ ਭੇਜ ਕੇ ਉਸ ਘਟਨਾ ਵਿੱਚ ਜਵਾਬ ਮੰਗਿਆ ਜਿਸ ਵਿੱਚ ਸਫ਼ਰ ਦੌਰਾਨ ਬਲੈਕ ਕੋਬਰਾ ਸੱਪ ਦਾ ਇੱਕ ਬੱਚਾ ਉਹਨਾਂ ਤੇ ਡਿੱਗਣ ਦੀ ਘਟਨਾ ਵਾਪਰੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਘਟਨਾ 28 ਜੁਲਾਈ ਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।